ਪੀੜਿਤ ਪਰਿਵਾਰ ਹੈ, ਪ੍ਰਗਟ ਸਿੰਘ ਦਾ ਘਰ ਹੈ ਜਿੱਥੇ ਹਾਦਸਾ ਪ੍ਰਗਟ ਸਿੰਘ ਨਾਲ ਵਾਪਰਿਆ। ਜੋ ਨਸ਼ੀਲੀ ਸ਼ਰਾਬ ਪੀਣ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਗੱਲਬਾਤ ਕਰਦੇ ਹਾਂ। ਕੀ ਹਾਦਸਾ ਵਾਪਰਿਆ ਸੀ ਜੀ? ਬਸ ਸ਼ਰਾਬ ਪੀਤੀ। ਠੀਕ ਹੈ, ਉਹ ਸ਼ਰਾਬ ਦੇ ਵਿੱਚ ਇਹੋ ਜਿਹਾ ਕੀ ਸੀ ਜੀ? ਮੈਨੂੰ ਤਾਂ ਪਤਾ ਨਹੀਂ ਕੀ ਪੀਤੀ। ਅੱਛਾ, ਕੀ ਰਲਾਇਆ ਹੋਇਆ ਤੀ, ਖਬਰ ਕਿੱਥੋਂ ਲਿਆ ਤੀ ਕਿੱਥੋਂ। ਮੈਂ ਤਾਂ ਬਸ ਕੰਮ ਤੇ ਜਾ ਰਹੀ ਤੇ ਇਸ ਤਾਂ ਮਟਰ ਤੋਂ ਉਹਨਾਂ ਦੇ। ਠੀਕ ਹੈ, ਜੋ ਸ਼ਰਾਬ ਲੈ ਕੇ ਆਏ ਸੀਗੇ ਪ੍ਰਗਟ ਜੀ, ਉਹ ਘਰੇ ਲੈ ਕੇ ਆਏ ਸੀ ਕਿ ਵੀ ਘਰ ਲੈ ਕੇ ਪੀਤੀ ਸੀ ਸ਼ਰਾਬ ਉਹਨਾਂ ਨੇ? ਲੈ ਕੇ ਪੀਤੀ ਜੀ। ਅੱਛਾ, ਬਸ ਉਹ ਅੰਦਰ ਪਿੱਗ ਲਾ ਕੇ, ਬਸ ਥੋੜਾ ਜਿਹਾ ਚਿਰ ਉਹ ਹੋਇਆਗਾ। ਅੱਛਾ, ਮੈਂ ਰੋਟੀ ਪਾਣੀ ਬੁਲਾਈ ਗਈ, ਜਦੋਂ ਮੈਂ ਜਾ ਕੇ ਦੇਖਿਆ ਥੋੜਾ ਥੋੜਾ ਜਿਹਾ ਉਲਟੀਆਂ ਜੇ ਕਰ ਰਹੇ ਤੇ, ਮੈਂ ਤੂੰ ਕਾਹਤੋਂ ਉਲਟੀ ਕਰ ਰਿਹਾ? ਕਹਿੰਦਾ ਮੇਰੇ ਹਾਜ਼ਮੇ ਨਹੀਂ ਆ ਰਹੀ, ਬੋਲਦਾ ਤੇ ਐਵੇਂ ਕੋਈ ਐ ਮੇਰੇ ਨਹੀਂ ਵੀ। ਅੱਛਾ, ਬਸ ਜਦੋਂ ਦੂਜਾ ਪਿੱਗ ਲਾਇਆ ਫੇਰ ਨਹੀਂ ਉਹਨੂੰ ਕੋਈ ਸੁਰਤ ਨਹੀਂ। ਅੱਛਾ, ਮੈਨੂੰ ਕੋਈ ਪਤਾ ਨਹੀਂ ਵੀ ਕਿੱਥੇ ਕਿਵੇਂ। ਹਸਪੀਟਲ ਚ ਲੈ ਕੇ ਗਏ ਸੀ ਤੁਸੀਂ? ਹਾਂਜੀ, ਲੈ ਕੇ ਗਏ ਤੇ। ਅੱਛਾ, ਬਾਬੇ ਵੈਰ ਸਿੰਘ ਨੇ ਲੈ ਗਏ ਤੇ? ਠੀਕ ਆ, ਉੱਥੇ ਕੋਈ ਉਹ ਨਹੀਂ ਕਰਿਆ ਹੈਗਾ, ਬਸ ਥੋੜਾ ਜਿਹਾ ਵਿਚਾਰੇ ਕਰਕੇ ਕਹਿੰਦੇ ਵਿੱਚ ਕੁਛ ਨਹੀਂ ਹੈਗਾ ਵੀ ਉੱਥੇ। ਹਾਂ, ਉਦੋਂ ਬਾਅਦ ਮੇਰੇ ਭਾਈ ਨੂੰ ਵੀ ਲੈ ਗਏ ਤੇ ਸੰਗਰੂਰ। ਅੱਛਾ, ਦੋ ਭਰਾ ਤੇ ਦੋ ਹੀ ਮੁੱਕ, ਇੱਕ ਘਰ ਦੇ ਦੋ ਜੀ ਚਲੇ ਗਏ ਹਨਾ? ਦੋ ਜੀ ਚਲੇ ਗਏ। ਠੀਕ ਹੈ, ਦੋ ਹੀ ਭਰਾ ਤੇ। ਠੀਕ ਹੈ, ਠੀਕ, ਇੱਕ ਪਹਿਲਾਂ ਮੁੱਕ ਗਿਆ ਤੇ ਦੋ ਆਏ ਤੇ। ਠੀਕ ਹੈ, ਕੀ ਤੁਸੀਂ ਸਰਕਾਰ ਨੂੰ ਕੋਈ ਮੰਗ ਕਰਦੇ ਹੋ ਤੁਸੀਂ? ਸਰਕਾਰ ਨੂੰ ਮੰਗ ਕਰਦੇ ਜੀ, ਸਾਡੇ ਬੱਚਿਆਂ ਦਾ ਬਣਨਾ ਚਾਹੀਦਾ, ਜਿਹੜੇ ਦੋ ਦੋਸ਼ੀ ਨੇ ਤੇ ਉਹਨਾਂ ਨੂੰ ਨਿਕਲਣਾ ਚਾਹੀਦਾ। ਠੀਕ ਹੈ ਜੀ, ਉਹ ਨਸ਼ਾ, ਇਹੀ ਮੰਗ ਆ, ਹੋਰ ਕੁਛ ਮੰਗ ਨਹੀਂ ਜੀ। ਠੀਕ ਹੈ, ਠੀਕ। ਲੱਕੜਾ ਧਰੋ ਵੀਰੇ। ਹੋ ਗਈ ਜੋਗਿੰਦਰ ਜੀ? ਹਾਂ ਹੋ ਗਿਆ, ਇਹ ਲੱਕੜਾ ਧਰੋ ਜੇ ਇਹਦਾ ਇੱਕ ਦੋ ਮਿੰਟਾਂ ਚ ਆਉਣਾ ਕਦੇ। ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰਦਾ ਹੈ ਜੋ ਅੱਜ ਗੁਜਰਾ ਪਿੰਡ 'ਚ ਬਹੁਤ ਮੰਦਭਾਗੀ ਜੋ ਘਟਨਾ ਕਹਿੰਦੇ ਵਾਪਰੀ ਹੈ। ਅੱਜ ਇੱਥੇ ਵੀਰ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਗੁਜਰਾ ਪਿੰਡ 'ਚ ਇਹ ਮੰਦਭਾਗੀ ਜੋ ਘਟਨਾ ਵਰਤੀ ਹੈ ਨਾ, ਕਾਫੀ ਡੈਥਾਂ ਹੋ ਚੁੱਕੀਆਂ ਨੇ ਨੌਜਵਾਨ ਵੀਰਾਂ ਦੇ, ਉਹਨਾਂ ਬਾਰੇ ਕੀ ਕਹੋਗੇ? ਦੇਖੋ, ਇਹ ਜਿਹੜੀ ਘਟਨਾ ਵਾਪਰੀ ਹੈ, ਮੈਂ ਕਹਿੰਦਾ ਵੀ ਬਹੁਤ ਹੀ ਮੰਦਭਾਗੀ ਘਟਨਾ, ਕਿਉਂਕਿ ਮਜ਼ਦੂਰ ਪਰਿਵਾਰਾਂ ਦੇ ਵਿੱਚ ਉਹ ਜੀ ਚਲੇ ਗਏ ਜਿਨ੍ਹਾਂ ਦੇ ਸਿਰ 'ਤੇ ਸਾਰੇ ਚੁੱਲ੍ਹੇ ਚੱਲਦੇ ਸੀ, ਸਾਰੇ ਘਰ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ। ਹੁਣ ਕਈ ਪਰਿਵਾਰਾਂ ਦੇ ਵਿੱਚ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਕੋਈ ਕਮਾਉਣ ਵਾਲਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਕਿ ਇਕੱਲਾ ਬੇਟਾ ਹੈ, ਉਹਨਾਂ ਦੀ ਢਾਈ ਕੁ ਮਹੀਨਿਆਂ ਦੀ ਬੇਟੀ ਹੈ, ਇੱਕ 3 ਸਾਲ ਦਾ ਬੇਟਾ ਹੈ, ਪਿਤਾ ਜੀ ਉਹਨਾਂ ਦੇ ਉਹ ਵੀ ਉੱਥੇ ਐਡਮਿਟ ਨੇ। ਸੋ ਕਈ ਪਰਿਵਾਰ ਨੇ ਇਹ ਜਿਨ੍ਹਾਂ ਦੇ ਪਿੱਛੋਂ ਚੁੱਲ੍ਹਾ ਚਲਾਉਣ ਵਾਲਾ ਨਹੀਂ ਕੋਈ ਹੈਗਾ। ਸੋ ਇਹ ਮੈਂ ਇੱਕੋ ਹੀ ਗੱਲ ਜ਼ਰੂਰ ਤੁਹਾਡੇ ਚੈਨਲ ਰਾਹੀਂ ਕਹੂੰਗਾ ਕਿ ਇਹ ਜਿਹੜਾ ਮੌਜੂਦਾ ਸਰਕਾਰ ਹੈ, ਖਾਸ ਕਰਕੇ ਹਰਪਾਲ ਚੀਮਾ ਜੀ ਜੋ ਕਿ ਵਿੱਤ ਮੰਤਰੀ ਨੇ, ਐਕਸਾਈਜ਼ ਦੇ ਮਿਨਿਸਟਰ ਨੇ, ਉਹ ਹਾਲੇ ਤੱਕ ਇੱਥੇ ਨਹੀਂ ਮਿਲੇ ਆ ਕੇ ਕਿਸੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜੇ ਉਹ। ਇੱਕ ਤਾਂ ਉਹਨਾਂ ਦੇ ਵੀ ਜੀ ਚਲੇ ਗਏ, ਉੱਪਰੋਂ ਉਹਨਾਂ ਦੇ ਤੁਸੀਂ ਇਹ ਦੇਖ ਲਓ ਵੀ ਉਹਨਾਂ ਨੂੰ ਆਪਦੇ ਜਿਹੜੇ ਸੰਸਕਾਰ ਕਰਨ ਲਈ ਲਾਸ਼ਾਂ ਦੇ ਉੱਪਰ ਸਨ, ਉਹਨਾਂ ਨੂੰ 3-3 ਦਿਨ ਲੱਗ ਗਏ ਆ, ਉਹ ਤਾਂ ਦਿੱਤੀਆਂ ਉਹਨਾਂ ਨੇ। ਜੇਕਰ
ਚਾਰ ਦਿਨ ਲੱਗ ਗਏ ਆ ਦੇਖੋ ਜੀ, ਚਾਰ ਦਿਨ ਲੱਗ ਗਏ ਆ ਅਤੇ ਉਹਨਾਂ ਦਾ ਨੁਮਾਇੰਦਾ ਨਹੀਂ ਕੋਈ ਆ ਕੇ ਪਹੁੰਚਿਆ। ਕੇਜਰੀਵਾਲ ਨੂੰ ਮਾੜੀ ਜੀ ਉਹ ਹੋਈ ਆ ਉੱਥੇ ਗ੍ਰਿਫਤਾਰੀ ਹੋਈ ਆ, ਅਤੇ ਸਾਰੀ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਸਾਰੀ ਆਮ ਆਦਮੀ ਦੇ ਉੱਥੇ ਪਹੁੰਚੀ ਆ। ਆਪਾਂ ਉਹਨੂੰ ਆਮ ਆਦਮੀ ਨਹੀਂ ਕਹਿ ਸਕਦੇ, ਉਹ ਖਾਸ ਆਦਮੀ ਹੈ। ਜੇਕਰ ਆਮ ਆਦਮੀ ਹੁੰਦੀ ਅੱਜ ਇੱਥੇ ਹੁੰਦੇ ਹਰਪਾਲ ਸਿੰਘ ਚੀਮਾ ਜੀ, ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬੜੇ, ਜੇ ਅੱਜ ਉਹ ਚੀਮਾ ਜੇ ਵਿੱਤ ਮੰਤਰੀ ਹੈ ਤਾਂ ਇਹਨਾਂ ਦੇ ਕਰਕੇ ਆ। ਸੋ ਇੱਥੇ ਤੱਕ ਨਹੀਂ ਉਹ ਪਹੁੰਚੇ, ਹੋਰ ਅਸੀਂ ਕੀ ਉਹਨਾਂ ਤੋਂ ਉਮੀਦ ਕਰਾਂਗੇ। ਸਰ ਜੋ ਹੁਣ ਸਰਕਾਰਾਂ ਨੇ ਵੀ ਕੋਈ ਇਹਨਾਂ ਨੂੰ ਮੁਆਵਜ਼ਾ ਜਾਂ ਕਿਵੇਂ ਕੁਝ ਦੇਣ ਦੇ ਜਥੇਬੰਦੀਆਂ ਨੇ ਜ਼ਰੂਰ ਕਿਹਾ ਵੀ ਉਹਨਾਂ ਨੂੰ ਮੈਨੂੰ ਲੱਗਦਾ ਘੱਟੋ ਘੱਟ 13-13 ਲੱਖ ਰੁਪਏ ਦਾ ਕੀਤਾ, ਪਰ ਦੇਖੋ 13 ਲੱਖ ਨਾਲ ਉਹਨਾਂ ਦਾ ਘਰ ਨਹੀਂ ਚੱਲਦੇ। ਉਹਨਾਂ ਦੇ ਪਰਿਵਾਰਾਂ 'ਚ ਇੱਕ ਨੌਕਰੀ ਚਾਹੀਦੀ ਸੀ, ਕਿਉਂਕਿ ਇਹ ਉਹਨਾਂ ਆਪਾਂ ਮੰਨਦੇ ਹਾਂ ਵੀ ਗਰੀਬ ਪਰਿਵਾਰ ਜਿਹੜੇ ਬੱਚੇ ਇੱਥੋਂ ਹੈਗੇ ਨੇ ਮਜ਼ਦੂਰ ਨੇ ਉਹ ਸ਼ਰਾਬ ਪੀ ਲੈਂਦੇ ਆ ਹਰ ਇੱਕ ਨੂੰ, ਕਿਉਂਕਿ ਗਰੀਬ ਪਰਿਵਾਰ ਨੂੰ ਇਹ ਹੁੰਦਾ ਵੀ ਜੇ 10 ਰੁਪਏ ਬਚਦੇ ਆ, ਕਿਉਂਕਿ ਦਿਹਾੜੀ ਕਰਕੇ ਸੋਣਾ ਬਹੁਤ ਔਖਾ। ਚਲੋ 2 ਪੈਗ ਲਾ ਕੇ ਬੰਦਾ ਸੌ ਜਾਂਦਾ, ਪਰ ਨਾਕਾਮੀ ਕਿਹਦੀ ਆ, ਫਿਰ ਸਰਕਾਰ ਦੀ ਹੈ। ਜੇ ਸਭ ਤੋਂ ਵੱਡਾ ਵੀ ਦੁੱਖਦਾਈ ਅਸੀਂ ਪਰਿਵਾਰਾਂ ਨਾਲ ਹਮਦਰਦੀ ਕਰਦੇ ਹਾਂ ਵੀ ਜਿਹੜਾ ਪਿੰਡ ਨੂੰ ਨਾ ਘਟਾ, ਜਿੱਥੇ ਪਰਿਵਾਰਾਂ ਨੂੰ ਪਿਆ ਉੱਥੇ ਪਿੰਡ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਨੌਜਵਾਨ ਡਾਕਟਰੀ ਆ ਸਾਰੀਆਂ ਜਿਹੜੀਆਂ ਗੱਠਾਂ ਨੂੰ 50 ਸਾਲ ਤੋਂ ਤਕਰੀਬਨ 50 ਸਾਲ ਤੱਕ, 25 ਸਾਲ ਆ ਕੋਈ, 26 ਸਾਲ ਹੈ ਵਿੱਚ, ਐਸੇ ਵੀ ਹੈਗੇ ਜਿਹੜੇ 17-18 ਸਾਲ ਦੇ ਨੌਜਵਾਨ ਨੇ, ਨਿੱਕੇ ਨਿੱਕੇ ਬੱਚੇ ਨੇ ਵੀ। ਇਹ ਘਾਟਾ ਨਾ ਹੋਣ ਵਾਲਾ ਤਕਰੀਬਨ ਸਾਰੇ ਪਿੰਡ ਦੇ ਵਿੱਚ ਸੁਣਦਾ ਹੈ, ਬਹੁਤ ਮਾੜੀ ਮਨ ਭਾਗੀ ਘਟਨਾ। ਅਸੀਂ ਸਰਕਾਰ ਤੋਂ, ਸਾਨੂੰ ਅੱਜ 4 ਦਿਨ ਹੋ ਗਏ, ਉਹ ਪ੍ਰਸ਼ਾਸਨ ਦੇ ਕੰਮ ਵਿੱਚ ਕੌਣ ਖਤਰ ਧਰਨਾ ਦਿੰਦੇ ਹਨ। ਹਾਂ ਜੀ, ਇਸ ਕਰਕੇ ਸਾਡਾ ਐਕਸ਼ਨ ਕਮੇਟੀ ਦਾ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗ ਚੱਲਦੀ ਹੈ ਜੀ, ਅਤੇ ਪ੍ਰਸ਼ਾਸਨ ਦੇ ਕੰਮ ਤੋਂ ਦੂਰ ਨਹੀਂ ਸਰਕੀ, ਸਰਕਾਰ ਦੇ ਦਬਾਅ ਥੱਲੇ ਪ੍ਰਸ਼ਾਸਨ ਕੰਮ ਕਰ ਰਿਹਾ ਜੀ। ਜੇ ਦਬਾਅ ਪਾਇਆ ਜਾ ਰਿਹਾ ਸੀਗਾ ਵੀ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਜੀ ਸੰਸਕਾਰ ਇਹਨੂੰ ਵਾਧਾ ਨਾ ਵਧੇ, ਭੂਮੀ ਪੱਧਰ 'ਤੇ ਨਾ ਜਾਵੇ, ਵੀ ਸਰਕਾਰ ਪ੍ਰੈਸ਼ਰ ਪਾ ਰਹੀ ਸੀ ਅਫਸਰਾਂ 'ਤੇ ਵੀ, ਪਰ ਸਾਡੀ ਜਿਹੜੀ ਐਕਸ਼ਨ ਕਮੇਟੀ ਸੀ ਉਹ ਆਪਣੇ ਮੰਗਾਂ 'ਤੇ ਅੜੀ ਰਹੀ। ਸਭ ਤੋਂ ਪਹਿਲਾਂ ਸੰਬੰਧਿਤ ਅਫਸਰਾਂ 'ਤੇ ਕਾਰਵਾਈ, ਜਿਹਨਾਂ ਦੇ ਕਾਰਨ ਜੀ ਦੱਸਿਆ ਉਹ ਪੱਲਾ ਝਾੜਦੇ ਸੀ ਕਿ ਹਰਿਆਣੇ 'ਚ ਆਉਂਦੇ ਆ ਜਾਂ ਫਲਾਣੇ ਤੋਂ, ਅਸੀਂ ਕਿਹਾ ਵੀ ਫਿਰ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਪ੍ਰਸ਼ਾਸਨ ਦੀ ਬਣਦੀ ਆ ਵੀ ਆਖਰ ਆਈ ਆਈ ਤਾਂ ਪੰਜਾਬ 'ਚ। ਨੰਬਰ 2, ਜਿਹੜੀ ਢਡੋਲੀ ਕਲਾਂ ਸ਼ਰਾਬ ਦਿਖਾਈ ਹੈ ਕਿਸੇ ਹੋਰ ਫੈਕਟਰੀ ਦੀ ਹੈ, ਜਿਹੜੀ ਸਾਡੇ ਪਿੰਡ ਆਈ ਹੈ ਉਹ ਮਿੱਤਲ ਦੀ ਜਿਹੜੀ ਸੰਗਤਪੁਰਾ ਮੰਡੀ ਆ ਬਠਿੰਡਾ, ਜਿੱਥੇ ਭਗਵੰਤ ਮਾਨ ਸਾਹਿਬ ਬੈਠ ਕੇ ਉਸ ਮਾਲਕ ਦੇ ਨਾਲ ਹੋਸਟਲ ਦੇ ਵਿੱਚ ਬਹਿ ਕੇ ਚਾਹ ਦਾ ਚਸਕਾ ਲੈ ਰਿਹਾ। ਅਤੇ ਦੂਸਰਾ ਵੀ ਕਿੱਡੀ ਮਾੜੀ ਗੱਲ ਹੈ ਕਿ ਇੱਥੇ ਤਾਂ ਸੋਗਸ ਆਇਆ ਹੋਇਆ ਦੜਵਾ ਹਲਕੇ ਦੇ ਵਿੱਚ ਆ, ਭਗਵੰਤ ਮਾਨ ਗਾਣਿਆਂ ਦੇ ਉੱਤੇ ਬੜਾ ਖੁਸ਼ ਹੋ ਰਿਹਾ ਹੈਗਾ, ਅਤੇ ਕੋਈ ਬੇਪਰਵਾਹ ਹੋਈ ਨਹੀਂ ਵੀ ਐਡੀ ਘਟਨਾ ਹੋ ਗਈ ਹੈ ਨਾ, ਜਿੱਥੇ ਮੁੱਖ ਮੰਤਰੀ ਪੰਜਾਬ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ। ਸਾਡਾ ਇਹ ਆਮ ਆਦਮੀ ਪਾਰਟੀ ਨਹੀਂ, ਖਾਸ ਆਦਮੀ ਪਾਰਟੀ ਬਣ ਗਈ, ਅਮੀਰਾਂ ਦੀ ਪਾਰਟੀ ਬਣ ਗਈ। ਦੁੱਖ ਇਸ ਗੱਲ ਦਾ ਵੀ ਉੱਧਰੋਂ ਜਿਹੜਾ ਇਹਨਾਂ ਦਾ ਮੁਖੀ ਹੈ ਕੇਜਰੀਵਾਲ, ਉਹ ਵੀ ਹੜਾ ਇਸੇ ਘਟਾਲੇ ਦੇ ਵਿੱਚ, ਸ਼ਰਾਬ ਦੇ ਘਟਾਲੇ ਦੇ ਵਿੱਚ ਹੜਾ ਫੜਿਆ ਹੋਇਆ ਹੈਗਾ। ਵੀ ਇੱਧਰ ਪੰਜਾਬ ਦੇ ਵਿੱਚ ਅਸਲੀ ਪਤਾ ਲੱਗ ਗਿਆ ਵੀ ਪੰਜਾਬ ਦੀ ਜਿੰਨੀ ਆਮ ਆਦਮੀ ਪਾਰਟੀ ਹੈ, ਦੇਖੋ ਜਿਹੜੀ ਕੱਲ੍ਹ ਸਾਡੇ ਪਿੰਡ ਵਿੱਚ ਵੀ ਆ ਕੇ ਭਗਵੰਤ ਮਾਨ ਦੀ ਮਾਂ ਕਹਿੰਦੀ ਸੀ ਵੀ ਅਸੀਂ ਤਾਂ ਲੋਹੇ ਦੇ ਕੜੇ ਪਾਉਂਦੇ ਹਾਂ, ਅੱਜ ਉਹਦੇ ਕਿਲੋ ਕਿਲੋ ਦੇ ਪਾਏ ਹੋਏ ਆ, ਸੋਨੇ ਦੇ ਕੜੇ ਪਾਇਆ। ਮੈਂ ਬੜੀ ਦੁੱਖਦਾਈ ਗੱਲ ਹੈ ਵੀ ਜਿਹੜਾ ਪਰਿਵਾਰ ਇਹ ਕਹਿੰਦਾ ਸੀ ਵੀ ਅਸੀਂ VIP ਨਹੀਂ ਹੈਗੇ, ਅੱਜ ਉਹੀ ਭਗਵੰਤ ਮਾਨ ਹੈ ਜਿਹੜਾ ਜਹਾਜ਼ਾਂ ਦੇ ਆ। ਕੀ ਭਗਵੰਤ ਮਾਨ ਜੇ ਚੰਡੀਗੜ੍ਹ ਬੈਠਾ ਸੀ ਜਾਂ ਜਿੱਥੇ ਬੈਠਾ ਸੀ, ਦੋ ਮਿੰਟ ਕੀ ਸਾਡੇ ਬਿੱਟੇ ਇਹ ਪਿੰਡ ਦੇ ਵਿੱਚ ਐਡੀ ਘਟਨਾ ਵਾਪਰ ਗਈ ਉਹਨਾਂ ਪਰਿਵਾਰਾਂ ਨਾਲ, ਜਿਨ੍ਹਾਂ ਦੇ ਜੀ ਬਾਕੇ ਉਹ ਮੁੜ ਕੇ ਨਹੀਂ ਆਉਂਦੇ, ਕਿ ਉਹਨਾਂ ਲਈ 2 ਮਿੰਟ ਨਹੀਂ ਨਿਕਲੇ। ਅਸੀਂ ਪ੍ਰਸ਼ਾਸਨ ਤੋਂ, ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ, ਭਗਵੰਤ ਮਾਨ ਤੋਂ ਪੁੱਛਣਾ ਚਾਹੁੰਦੇ ਹਾਂ, ਚੀਮਾ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਾਂ। ਚੀਮਾ ਸਾਹਿਬ ਉੱਦਾਂ ਤਾਂ ਬੜਾ ਫਿਰਦੇ ਆ ਸਾਡੇ ਪਿੰਡ ਵਿੱਚ, ਬਿਨਾਂ ਬੁਲਾਏ ਵੀ ਆ ਜਾਂਦੇ ਆ ਕਈ ਵਾਰ, ਪਰ ਜਦੋਂ ਘਟਨਾ ਵਾਪਰੀ
ਤੇ ਜਦੋਂ ਅਸੀਂ ਪਤਾ ਕਰਿਆ ਵੀ ਕੀ ਗੱਲ ਸੀ, ਕਹਿੰਦੇ ਜੀ ਵੀ ਸਾਨੂੰ ਖਤਰਾ ਸੀ ਵੀ ਕਿਤੇ ਪਿੰਡ ਵਾਲੇ ਸਾਨੂੰ ਪਿੱਛੇ ਨਾ ਪੈ ਜਾਣ, ਵੀ ਇਸ ਕਰਕੇ ਅਸੀਂ ਆਏ। ਵੀ ਦੁੱਖਦਾਈ ਗੱਲ ਹੈ ਵੀ ਹੁਣ ਜਦੋਂ ਅੱਗੇ MP ਦੀਆਂ ਇਲੈਕਸ਼ਨਾਂ ਨੇ, ਉੱਧਰ ਤਾਂ ਵੋਟਾਂ ਲੈਣ ਤਾਂ ਆਉਣਗੇ ਨਾ, ਵੀ ਸਾਡੇ ਪਿੰਡ ਵਿੱਚੋਂ ਬਹੁਤ ਵੋਟ ਪਈ ਸੀ, ਪਰ ਸਾਨੂੰ ਸਭ ਤੋਂ ਵੱਡਾ ਜਿਹੜਾ ਅਸੀਂ ਕਹਿੰਦੇ ਹਾਂ ਵੀ ਇਹ ਸਰਕਾਰ ਹੈ ਜਿਹੜੀ ਨਲਾਇਕ ਸਰਕਾਰ ਹੈ, ਇਹ ਤੋਂ ਕੋਈ ਉਮੀਦਾਂ ਨਹੀਂ ਰੱਖੀਆਂ ਜਾ ਸਕਦੀਆਂ। ਇਹਨਾਂ ਨੂੰ ਕੁਝ ਦਿੱਤਾ ਗਿਆ? ਦੇਖੋ ਇਹ ਜਿਹੜਾ ਪਰਿਵਾਰਾਂ ਨੂੰ 13-13 ਲੱਖ ਰੁਪਏ ਦੇਣ ਦੀ ਗੱਲ ਕਰੀ ਹੈ ਸਰਕਾਰ ਨੇ, ਉਹ ਵੀ ਸਾਡੀ ਹੈ। ਪਹਿਲਾਂ 2 ਲੱਖ ਕਹਿੰਦੇ ਸੀ, ਲੱਖ ਸਾਡੀ ਗੱਲ ਚੱਲੀ 50,000 ਤੋਂ, ਕਿਉਂਕਿ ਮੈਂ ਸ਼ੁਰੂ ਤੋਂ ਆ ਜਦੋਂ ਮੈਂ ਡੈੱਡ ਪੋਟੀਆਂ ਮੈਂ ਰੁਕੀਆਂ ਨੇ ਐਂਬੂਲੈਂਸ ਦੇ ਵਿੱਚ, ਪਰਿਵਾਰਾਂ 'ਤੇ ਪ੍ਰੈਸ਼ਰ ਪਾ ਲਿਆ ਸੀ, ਪਰਿਵਾਰਾਂ ਨੇ ਫਿਰ ਮੈਨੂੰ ਫੋਨ ਕੀਤਾ ਵੀ ਤੁਸੀਂ ਕਿੱਥੇ ਹੋ, ਜਲਦੀ ਆਓ। ਸਰਦਾਰ ਜੋਗਾ ਸਿੰਘ ਜੀ ਉਹ ਵਿਚਾਰੇ ਕਹਿਣ ਲੱਗੇ, ਰੋਣ ਲੱਗੇ, ਮੈਂ ਗੱਲ ਕੀ ਹੋ ਗਈ, ਕਹਿੰਦਾ ਮੇਰਾ ਇਕੱਲਾ ਪੁੱਤ ਸੀ, ਅੱਜ ਛੋਟੇ ਛੋਟਾ 2 ਮਹੀਨੇ ਦਾ ਬੱਚੇ ਨੇ, ਉਹਦੇ ਛੋਟੇ ਛੋਟੇ ਬੱਚੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਟਿਕੋ, ਅਸੀਂ ਐਂਬੂਲੈਂਸ ਨੂੰ ਨਾਲ ਦੀ ਨਾਲ ਪ੍ਰਾਂ ਕਰਿਆ, ਲਾਸ਼ ਹੈ ਜਿਹੜੀ ਉਹ ਥੱਲੇ ਦਾ ਰਹੀ, ਬਾਕੀਆਂ ਦੀ ਪ੍ਰਸ਼ਾਸਨ ਨੂੰ ਅਸੀਂ ਨਾਲ ਦੀ ਨਾਲ ਕਿਹਾ ਵੀ ਦੇਖੋ ਜਿੰਨਾ ਤੱਕ ਅਸੀਂ ਨਹੀਂ ਕਹਿੰਦੇ ਪ੍ਰਸ਼ਾਸਨ, ਫਿਰ ਸਾਡੇ ਨਾਲ ਇਹ ਸਰਪੰਚ ਸਾਹਿਬ ਦੇ ਸਿਰ ਉਦੋਂ, ਉਹ ਤੋਂ ਬਾਅਦ ਸਾਡੀ ਵਾਰ ਵਾਰ ਮੀਟਿੰਗ ਹਸਪਤਾਲ ਵਿੱਚ ਵੀ ਚੱਲੀ ਗਈ, ਗੱਲ ਉੱਥੇ ਦੀ ਹੋਈ ਵੀ ਜਿਹੜੀ ਸਰਕਾਰ 'ਤੇ ਆ ਨਾ ਜਾਂ ਪ੍ਰਸ਼ਾਸਨ 'ਤੇ, ਮਤਲਬ ਇੱਕ ਹੰਝੂ ਗੁੰਝਣ ਵਾਲੀ ਗੱਲ ਕਰੀ ਆ ਪ੍ਰਸ਼ਾਸਨ, ਅਸੀਂ 1 ਕਰੋੜ ਦੀ ਮੰਗ ਕਰਦੇ ਹਾਂ ਵੀ ਜਿਹੜਾ ਪਰਿਵਾਰ ਹੈ ਇਹਦਾ ਪੂਰਾ ਘੱਟਾ ਹੋ ਹੀ ਨਹੀਂ ਸਕਦਾ, ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ, 1 ਨੌਕਰੀ, ਉਹ ਜ਼ਰੂਰ ਵੀ ਮਤਲਬ ਪ੍ਰਸ਼ਾਸਨ ਜਿਹੜੀ ਆ ਸਰਕਾਰ ਵੱਲੋਂ। ਬਹੁਤ ਮੰਦਭਾਗਾ, ਇੱਥੇ ਘੱਟ ਤੋਂ ਘੱਟ 1 ਹੀ ਪਿੰਡ ਵਿੱਚੋਂ 7-8 ਜੀ ਚਲੇ ਜਾਣ, ਇੱਥੋਂ ਤਾਂ ਸਰਕਾਰ ਦੇ ਕੰਨ ਤੋਂ ਗੂਣਾ ਸਰ ਕੇ, ਜਾਂ ਇੱਥੋਂ ਦੇ ਹਲਕਾ ਵਿਧਾਇਕ ਹਰਪਾਲ ਸਿੰਘ ਚੀਮਾ ਐਕਸਾਈਜ਼ ਦੇ ਵੀ ਮੰਤਰੀ ਨੇ, ਮਹਿਕਮਾ ਉਹਨਾਂ ਦੇ ਕੋਲ ਹੈ, ਪਰ ਲੇਕਿਨ ਉਹ ਅਜੇ ਤੱਕ ਆ ਕਿ ਇਹਦੀ ਸੈਟਿਸਫਾਈ ਤਾਂ ਕਰਨੀ ਦੂਰ ਦੀ ਗੱਲ ਹੈ, ਵੀ ਇਹਨਾਂ ਲੋਕਾਂ ਨਾਲ ਹਮਦਰਦੀ ਤੱਕ ਵੀ ਇਹ ਲੋਕਾਂ ਦੇ ਕਹਿਣ ਦੀ ਗੱਲ ਹੈ ਵੀ ਨਹੀਂ ਪਹੁੰਚੀ, ਦਿਸ ਵੀ ਨਹੀਂ ਰਿਹਾ। ਇੱਥੇ ਦੇਖੋ 4 ਚਿਖਾ ਚਿਤਾ ਜਲ ਰਹੀਆਂ ਨੇ, ਕਿਤੇ ਦੇਖਣ ਨੂੰ ਨਜ਼ਰ ਨਹੀਂ ਆ ਰਹੀ। ਬਹੁਤ ਮੰਦਭਾਗੀ ਘਟਨਾ ਹੋਈ ਹੈ। ਮੈਨੂੰ ਪਤਾ ਲੱਗਿਆ ਕਿ ਵੀ ਸਰਕਾਰ ਨੇ ਇਹਨਾਂ ਨੂੰ ਕੋਈ 13-13 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕਰੀ, ਪਰ 13 ਲੱਖ ਰੁਪਏ ਕੋਈ ਮਾਇਨਾ ਨਹੀਂ, 13 ਲੱਖ ਰੁਪਏ ਇਹਨਾਂ ਨਾਲ ਕਿੰਨਾ ਕੁ ਗੁਜ਼ਾਰਾ ਹੋਣਾ, ਜਦਕਿ ਇਹਨਾਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਦੇ ਸਰਤੀ ਚੁੱਲ੍ਹਾ ਚੱਲ ਰਿਹਾ ਸੀ, ਉਹਨਾਂ ਦੇ ਸਰਤੀ ਰੁਜ਼ਗਾਰ ਚੱਲਦਾ ਸੀ, ਨਿੱਕੇ ਨਿੱਕੇ ਬੱਚੇ ਛੱਡ ਕੇ ਚਲੇ ਗਏ, ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਭਵਿੱਖ ਖਤਮ ਹੋ ਗਿਆ। ਪਰ ਲੇਕਿਨ ਚਲੋ ਉਹ ਜੋ ਹੋ ਗਿਆ ਉਹ ਤਾਂ ਹੁਣ ਵਾਪਸ ਨਹੀਂ ਆਉਂਦਾ, ਪਰ ਲੇਕਿਨ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਮੁਲਾਜ਼ਮ ਰੱਖਿਆ ਜਾਵੇ, ਉਹਨਾਂ ਦਾ 1-1 ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਹੋ ਸਕੇ। ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ 1-1 ਸਰਕਾਰੀ ਨੌਕਰੀ ਦਿੱਤੀ ਜਾਵੇ। ਤੁਸੀਂ 13 ਲੱਖ ਰੁਪਏ ਦਿੱਤੇ ਨੇ ਜਾਂ 13.5 ਲੱਖ ਰੁਪਏ ਦਿੱਤੇ ਨੇ, 13 ਲੱਖ ਰੁਪਏ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਹੈਗੀ, ਜਦਕਿ ਜੇ ਦੇਣ ਵੀ ਲੱਗੇ ਸੀ ਤਾਂ ਘੱਟੋ ਘੱਟ 25-25 ਲੱਖ ਰੁਪਏ ਤਾਂ ਦੇਣਾ ਜ਼ਰੂਰੀ ਬਣਦਾ ਸੀ, 1-1 ਨੌਕਰੀ ਦੇਣੀ ਜ਼ਰੂਰੀ ਬਣਦੀ ਸੀ। ਇਹ ਸਰਕਾਰ ਨੂੰ ਫਿਰ ਵੀ ਪੁਰਤੋਰ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੇ ਸਿਰ 'ਤੇ ਹੀ ਸਰਕਾਰਾਂ ਚੱਲਦੀਆਂ ਨੇ, ਲੋਕਾਂ ਨੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ, ਅਤੇ ਸਰਕਾਰ ਦਾ ਜਿਹੜਾ ਕੰਮ ਹੈ ਉਹ ਲੋਕਾਂ ਪ੍ਰਤੀ ਸਵਰਧ ਹੋਣਾ ਚਾਹੀਦਾ। ਇਹ ਮੰਗ ਕਰਾਂਗੇ ਕਿ ਇਹਨਾਂ ਦੇ ਪਰਿਵਾਰਾਂ ਨੂੰ 1-1 ਨੌਕਰੀ ਵੀ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।